ਜਾਂਦਾ ਸਾਡਾ ਸਿਰ ਹੈ ਨਹੀਂ ਅੱਜ ਜਾਂ ਉਹਨਾਂ ਦਾ ਹੈ ਨਹੀਂ ਸਾਡੀ ਤਾਂ ਇੱਕ ਹੀ ਗੱਲ ਆ ਅਸੀਂ ਬਾਲੀ ਵਿੱਚ ਤਾਂ ਕਰਨੀ ਨਹੀਂ ਕੱਲ ਮੇਰੀ ਅਮਿਤ ਅਰੋੜਾ ਨਾਲ ਗੱਲ ਹੋਈ ਉਹਦੀ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਜੀ ਅਸੀਂ 6 ਜੂਨ ਨੂੰ ਵੀ ਜਿਹੜਾ ਵਾ ਟੀ ਸ਼ਰਟਾਂ ਵੀ ਵੰਡਾਂਗੇ ਇੰਦਰਾ ਗਾਂਧੀ ਆਦੀ ਉਹਨੂੰ ਕਿੱਦਾਂ ਦੇਖਦੇ ਉਹਨੂੰ ਕਿ ਵੀ ਟੀ ਸ਼ਰਟਾਂ ਪਾ ਕੇ ਭੱਜਿਆ ਨਹੀਂ ਜਾਣਾਗਾ ਨਾ ਅਸੀਂ ਭੱਜਣ ਦੇਣਾਗਾ ਅੱਗੇ ਗਗਨੇਜੇ ਵਰਗਿਆਂ ਦਾ ਮਹਿੰਦਰਪਾਲ ਬਿੱਟੂ ਵਰਗਿਆਂ ਦਾ ਹਾਲ ਵੇਖ ਲਓ ਮੱਥੇ 'ਚ ਠਾ ਠਾ ਵੱਜਦੀਆਂ ਹੁੰਦੀਆਂ ਫਿਰ ਜੇ ਤਾਂ ਪ੍ਰਸ਼ਾਸਨ ਸਾਹਮਣੇ ਹੋਇਆ ਤਾਂ ਪ੍ਰਸ਼ਾਸਨ ਉਹਨਾਂ ਨੂੰ ਨਿਕਲਣਾ ਦੇਵੇ ਅਤੇ ਜੇ ਸੜਕ 'ਤੇ ਆ ਗਏ ਤਾਂ ਪ੍ਰਸ਼ਾਸਨ ਸਾਨੂੰ ਵੀ ਰੋਕਣਾ ਔਖਾ ਹੋ ਜੂਗਾ ਇਹ ਸਾਨੂੰ ਮਜਬੂਰ ਕਰਦੇ ਆ ਵੀ ਇਸ ਖਾਲਿਸਤਾਨੀ ਬਣ ਇਹ ਸਾਨੂੰ ਵੀ ਆਪਦੇ ਗੁਰੂ ਦੀ ਸਿੱਖੀ ਦੇ ਪ੍ਰਤੀ ਉੱਠ ਕੇ ਸਾਡੇ ਨਾਲ ਗੱਲ ਕਰਨ ਇਹ ਤਾਂ ਸਾਨੂੰ ਇਹ ਮਜਬੂਰ ਕਰਦੇ ਆ ਸਾਨੂੰ ਮਜਬੂਰੀ ਦੇ ਵਿੱਚ ਆ ਕੇ ਇਹ ਸਟੈਪ ਲੈਣੇ ਪੈਂਦੇ ਆ ਇਹੋ ਜਿਹੀਆਂ ਝੂਠਾਂ ਨੂੰ ਤਾਂ ਲਫੜੇ ਮਾਰ ਮਾਰ ਹੀ ਮਾਰ ਦਿਆਂਗੇ ਇਹਨਾਂ ਦੀਆਂ ਸਿਕਿਉਰਟੀਆਂ ਖੋ ਕੇ ਇਹਨਾਂ ਨੂੰ ਕਿਉਂ ਬਿਨਾਂ ਗੱਲੋਂ ਸਿਕਿਉਰਟੀਆਂ ਖਰਚੇ ਪਾਣੀ ਸੂਰੀ ਵਰਗਿਆਂ ਨੂੰ ਸਰਕਾਰ ਤੇਲ ਵੀ ਮੁਹੱਈਆ ਕਰਾਉਂਦੀ ਆ ਉਹ ਕਿਹੜੀ ਗੱਲੋਂ ਕਰਾਉਂਦੀ ਆ ਸਾਨੂੰ ਤਾਂ ਇਹ ਨਹੀਂ ਸਮਝ ਆਉਂਦਾ ਅਸਲ 'ਚ ਪੰਜਾਬ ਨੂੰ ਅਸਲੀ ਅੱਗ ਇਹ ਲਾਉਣਾ ਚਾਹੁੰਦੇ ਆ ਕੋਈ ਹੋਰ ਭੈਣ ਭਰਾ ਨਹੀਂ ਲਾਉਣਾ ਚਾਹੁੰਦਾ ਅਸਲੀ ਅੱਗ ਇਹ ਆ ਜਿਹੜੇ ਨੌਜਵਾਨਾਂ ਨੂੰ ਇਹ ਬਰਦਾਸ਼ਤ ਤੋਂ ਬਾਹਰ ਹੁੰਦਾ ਜਦੋਂ ਉਹਨਾਂ ਦੇ ਕੋਈ ਇਸ਼ਟ ਦੇ ਪ੍ਰਤੀ ਗੱਲ ਕਰਦਾ ਉਹਨਾਂ ਦੇ ਸ਼ਹੀਦਾਂ ਦੇ ਪ੍ਰਤੀ ਗੱਲ ਕਰਦਾ ਜਾਂ ਕੋਈ ਖਾਲਿਸਤਾਨ ਦੇ ਪ੍ਰਤੀ ਕੋਈ ਗੱਲ ਕਰੂਗਾ ਤਾਂ ਅਸੀਂ ਤਿਆਰ ਬਰ ਤਿਆਰ ਆ ਜਵਾੜੇ ਤੋੜ ਦੇਵਾਂਗੇ ਜਿਹੜਾ ਮਰਜ਼ੀ ਤਾਂ ਨਾ ਉਰਲੇ ਵਾਲੀ ਵੇਖਣੀ ਨਾ ਪਰਲੇ ਵਾਲੀ ਜਾਂ ਟਾਂਡਿਆਂ ਵਾਲੀ ਰਹੂਗੀ ਜਾਂ ਭਾਂਡਿਆਂ ਵਾਲੀ ਰਹੂਗਾ ਨਿਤ ਨਿਤ ਦਾ ਕੁੱਤੀ ਜੀਕਾ ਨਹੀਂ ਅਸੀਂ ਰੱਖਣਾ ਜੇ ਸਾਹਮਣੇ ਸਾਡੇ ਆ ਗਏ ਅਸੀਂ ਪਿੱਛੇ ਨਹੀਂ ਹਟਣਾ ਬਾਈ ਵਾਹਿਗੁਰੂ ਮਿਹਰ ਕਰੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੁਰਦੁਆਰਾ ਦੁਖਨਿਵਾਰ ਸਾਹਿਬ ਪਟਿਆਲਾ ਵਿਖੇ ਨਤਮਸਤਕ ਹੋਏ ਹਾਂ ਜਿੱਥੇ ਕਿ ਸਿੱਖ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀਗੀ ਇਕੱਠਾ ਹੋਣ ਲਈ ਅੱਜ ਸਾਡੇ ਨਾਲ ਕੁਝ ਵਿਦਵਾਨ ਜਿਹੜੇ ਮੌਜੂਦ ਨੇ ਉਹਨਾਂ ਨੂੰ ਪੁੱਛਦੇ ਹਾਂ ਵੀ ਅੱਜ ਦੀ ਕਾਲ ਬਾਰੇ ਵਾਹਿ ਖਾਲਸਾ ਵਾਹਿ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਦਾਂ ਦੇਖਦੇ ਹੋ ਅੱਜ ਦੀ ਜਿਹੜੀ ਪ੍ਰਵਾਨਾ ਸਾਹਿਬ ਵੱਲੋਂ ਵੀ ਕਾਲ ਦਿੱਤੀ ਗਈ ਉੱਧਰ ਜਿਹੜਾ ਵਾ ਸ਼ਿਵ ਸੈਨਾ ਵੱਲੋਂ ਵੀ ਉਹਨਾਂ ਨੇ ਕਿਹਾ ਗਿਆ ਵੀ ਅਸੀਂ ਖਾਲਿਸਤਾਨ ਮੁਰਦਾਬਾਦ ਦਾ ਪੁਤਲਾ ਫੂਕਾਂਗੇ ਜਦੋਂ ਮਰਜ਼ੀ ਅਸੀਂ ਤਾਂ ਪਹੁੰਚ ਗਏ ਹਾਂ ਜੀ ਸਿੱਖ ਜਥੇਬੰਦੀਆਂ ਤਕਰੀਬਨ ਸਾਰੀਆਂ ਪਹੁੰਚ ਚੁੱਕੀਆਂ ਅਤੇ ਮੈਂ ਨਾ ਵੀ ਗੁਰੂ ਘਰ ਖੜ੍ਹੇ ਹਾਂ ਸੱਚੇ ਪਾਤਸ਼ਾਹ ਮਿਹਰ ਕਰੇ ਵੀ ਉਹ ਵੀ ਆਪਦੇ ਲੋਗੜ ਕਾਸ ਕੇ ਤੁਰ ਪੈਣ ਜਾਂ ਤਾਂ ਸਾਡਾ ਸਿਰ ਹੈ ਨਹੀਂ ਅੱਜ ਜਾਂ ਉਹਨਾਂ ਦਾ ਹੈ ਨਹੀਂ ਸਾਡੀ ਤਾਂ ਇੱਕ ਹੀ ਗੱਲ ਆ ਅਸੀਂ ਬਾਹਲੀ ਵਿੱਚ ਤਾਂ ਕਰਨੀ ਨਹੀਂ ਜੇ ਤਾਂ ਪ੍ਰਸ਼ਾਸਨ ਸਾਹਮਣੇ ਹੋਇਆ ਤਾਂ ਪ੍ਰਸ਼ਾਸਨ ਉਹਨਾਂ ਨੂੰ ਨਿਕਲਣਾ ਦੇਵੇ ਅਤੇ ਜੇ ਸੜਕ 'ਤੇ ਆ ਗਏ ਤਾਂ ਪ੍ਰਸ਼ਾਸਨ ਸਾਨੂੰ ਵੀ ਰੋਕਣਾ ਔਖਾ ਹੋ ਜੂਗਾ ਅਸੀਂ ਤਾਂ ਇਹੀ ਬੇਨਤੀ ਕਰਦੇ ਨਹੀਂ ਜਦੋਂ 6 ਜੂਨ ਆਉਣ ਵਾਲੀ ਹੁੰਦੀ ਆ ਉਹ ਇੱਕ ਛੁਰਲੀ ਛੱਡ ਦਿੰਦੇ ਆ ਇਕੱਠ ਮਾੜਾ ਜਿਹਾ ਕਹਿ ਕੇ ਮੁੜ ਕੇ ਆਪ ਜਿਹੜਾ ਵਾ ਜਾਂ ਮਾਫ਼ੀ ਮੰਗ ਲੈਂਦੇ ਆ ਜਾਂ ਆਉਂਦੇ ਨਹੀਂ ਹੈਗੇ ਇਹਨਾਂ ਨੂੰ ਕੋਈ ਬਾਹਲੀ ਗੱਲ ਨਹੀਂ ਗੀ ਇਹ ਤਾਂ ਜੁੱਤੀਆਂ ਦੀ ਘਾਟ ਹੈ ਇਹਨਾਂ ਨੂੰ ਪਤਾ ਕਿ ਸਮੇਂ ਸਮੇਂ ਉੱਠ ਕੇ ਅਤੇ ਬਿਨਾਂ ਗੱਲੋਂ ਇਹ ਜਿਹੀਆਂ ਬਦਤਮੀਜ਼ੀਆਂ ਵਾਲੀਆਂ ਗੱਲਾਂ ਕਰਦੇ ਆ ਸਾਡਾ ਇਹੋ ਜਿਹਾ ਕੋਈ ਹੈ ਨਹੀਂ ਗਾ ਵੀ ਅਸੀਂ ਇਹਨਾਂ ਨੂੰ ਕਿਸੇ 'ਤੇ ਬਈ ਮਜਬੂਰ ਕਰਦੇ ਹਾਂ ਜਾਂ ਇਹਨਾਂ ਨੂੰ ਇਹ ਸਾਨੂੰ ਮਜਬੂਰ ਕਰਦੇ ਆ ਵੀ ਇਸ ਖਾਲਿਸਤਾਨੀ ਬਣ ਇਹ ਸਾਨੂੰ ਵੀ ਆਪਦੇ ਗੁਰੂ ਦੀ ਸਿੱਖੀ ਦੇ ਪ੍ਰਤੀ ਉੱਠ ਕੇ ਸਾਡੇ ਨਾਲ ਗੱਲ ਕਰਨ ਇਹ ਤਾਂ ਸਾਨੂੰ ਇਹ ਮਜਬੂਰ ਕਰਦੇ ਆ ਸਾਨੂੰ ਮਜਬੂਰੀ ਦੇ ਵਿੱਚ ਆ ਕੇ ਇਹ ਸਟੈਪ ਲੈਣੇ ਪੈਂਦੇ ਆ ਨਹੀਂ ਹੁਣ ਫਰੀਦਕੋਟ ਤੋਂ ਕੋਈ ਗੁਰਦਾਸਪੁਰ ਤੋਂ ਕਿੱਥੋਂ ਕਿੱਥੋਂ ਸਿੰਘ ਇੱਥੇ ਇਕੱਤਰ ਹੋਏ ਆ ਇਹ ਆਪ ਇਹਨਾਂ ਨੇ ਹੁਣ ਅੰਦਰ ਬੈਠੇ ਕਮਰਿਆਂ 'ਚ ਇਹਨਾਂ ਨੇ ਕਰਕੇ ਇੰਟਰਵਿਊਆਂ ਅਤੇ ਆਉਂਦੇ ਨਹੀਂ ਗੇ ਹੁਣ ਜਿਹੜਾ 29 ਤਰੀਕ ਅਪ੍ਰੈਲ ਦਾ ਅਸੀਂ ਸ਼ਹਾਦਤਾਂ ਦਿੱਤੀਆਂ ਇਹ ਐਲਾਨਨਾਮਾ ਖਾਲਿਸਤਾਨ ਦਾ ਐਵੇਂ ਨਹੀਂ ਹੋ ਗਿਆ ਗਾ ਬੜੀ ਤਕੜੀ ਉਸ ਲਈ ਸ਼ਹਾਦਤ ਆ ਅਤੇ ਜੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਸਿੱਖਾਂ ਦਾ ਵੇਖਿਆ ਜਾਊਗਾ ਅਤੇ ਸਿੱਖਾਂ ਦੀ 1984 ਦੇ ਵਿੱਚ ਸਿੱਖਾਂ ਦੀ ਅਤੇ ਭਾਰਤ ਦੀ ਹਿੰਦੂ ਸਰਕਾਰ ਨਾਲ ਸਾਡੀ ਜਮ੍ਹਾਂ ਖਤਮ ਹੈ ਦਿੱਲੀ ਸਰਕਾਰ ਨਾਲ ਸਾਡੀ ਜਮ੍ਹਾਂ ਖਤਮ ਹੈ ਇਹ ਸੱਚੇ ਪਾਤਸ਼ਾਹ ਮਿਹਰ ਕਰੇ ਜਦੋਂ ਵੀ ਸਾਡਾ ਕਿਤੇ ਸਵਰਾਜ ਆਊਗਾ ਸਾਡਾ ਰਾਜ ਆਊਗਾ ਰਾਜ ਕਰੇਗਾ ਖਾਲਸਾ ਦੇ ਅਸੀਂ ਹਾਮੀ ਹੈ ਸਦਾ ਰਵਾਂਗੇ ਵਾਹਿਗੁਰੂ ਸਾਨੂੰ ਮਿਹਰ ਕਰੇ ਚੜ੍ਹਦੀ ਕਲਾ ਨਾਲ ਸਾਨੂੰ ਤਿਆਰੀਆਂ ਬਖਸ਼ੇ ਤਿਆਰ ਬਰ ਤਿਆਰ ਰਹਿਣ ਦਾ ਬਲ ਬਖਸ਼ੇ ਬਾਣੀ ਬਾਣੇ ਦੀਆਂ ਦਾਤਾਂ ਬਖਸ਼ੇ ਅਤੇ ਨੌਜਵਾਨ ਇਕੱਤਰ ਹੋਣ ਸਾਰੇ ਚੜ੍ਹਦੀ ਕਲਾ 'ਚ ਰਹਿਣ ਇਹੋ ਜਿਹੀਆਂ ਝੂਠਾਂ ਨੂੰ ਤਾਂ ਲਫੜੇ ਮਾਰ ਮਾਰ ਹੀ ਮਾਰ ਦਿਆਂਗੇ ਕੱਲ੍ਹ ਮੇਰੀ ਅਮਿਤ ਅਰੋੜਾ ਨਾਲ ਗੱਲ ਹੋਈ ਉਹਦੀ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਜੀ ਅਸੀਂ 6 ਜੂਨ ਨੂੰ ਵੀ ਜਿਹੜਾ ਵਾ ਟੀ ਸ਼ਰਟਾਂ ਵੀ ਵੰਡਾਂਗੇ ਇੰਦਰਾ ਗਾਂਧੀ ਆਦੀ ਉਹਨੂੰ ਕਿੱਦਾਂ ਦੇਖਦੇ ਉਹਨੂੰ ਕਿ ਵੀ ਟੀ ਸ਼ਰਟਾਂ ਪਾ ਕੇ ਭੱਜਿਆ ਨਹੀਂ ਜਾਣਾਗਾ ਨਾ ਅਸੀਂ ਭੱਜਣ ਦੇਣਾਗਾ ਅੱਗੇ ਗਗਨੇਜੇ ਵਰਗਿਆਂ ਦਾ ਮਹਿੰਦਰਪਾਲ ਬਿੱਟੂ ਵਰਗਿਆਂ ਦਾ ਹਾਲ ਵੇਖ ਲਓ ਮੱਥੇ 'ਚ ਠਾ ਠਾ ਵੱਜਦੀਆਂ ਹੁੰਦੀਆਂ ਫਿਰ ਕਿਤੇ ਪ੍ਰਸ਼ਾਸਨ ਨੂੰ ਨਹੀਂ ਚਾਹੀਦਾ ਉਲਟਾ ਉਹਨਾਂ ਨੂੰ ਦਸ ਦਸ ਬਾਰਾਂ ਬਾਰਾਂ ਇੱਕ ਇੱਕ ਬੰਦੇ ਨੂੰ ਗਨਮੈਨ ਦਿੱਤੇ ਇਹਨਾਂ ਨੇ ਤਾਂ ਸਿਕਿਉਰਟੀਆਂ ਪ੍ਰਸ਼ਾਸਨ ਇਹ ਦਿੱਲੀ ਦੇ ਦੱਲੇ ਆ ਇਹਨਾਂ ਨੂੰ ਪ੍ਰਸ਼ਾਸਨ ਨੇ ਸਿਕਿਉਰਟੀਆਂ ਹੀ ਤਾਂ ਦਿੱਤੀਆਂ ਗਾ ਹੋਰ ਇਹਨਾਂ ਨੂੰ ਕੋਈ ਇਹ ਸਿਕਿਉਰਟੀਆਂ ਲੈ ਕੇ ਇਹਨਾਂ ਨੇ ਇਹੀ ਭਗਾਈ ਪਾਠ ਕਰਨੇ ਹੁੰਦੇ ਤਾਂ ਹੀ ਇਹਨਾਂ ਨੂੰ ਸਿਕਿਉਰਟੀਆਂ ਮਿਲਦੀਆਂ ਦੇਖਦੇ ਨੇ ਵੀ ਇਹ ਹਰ ਵਾਰੀ ਮਾਹੌਲ ਹੀ ਜਿਹੜਾ ਖਰਾਬ ਕਰਦੇ ਨੇ
ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਚਾਹੀਦਾ ਨੇ ਵੀ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦੇਣਾ ਚਾਹੀਦਾ ਵਾ। ਬਿਲਕੁਲ ਬਿਲਕੁਲ ਪ੍ਰਸ਼ਾਸਨ ਨੂੰ ਇਹ ਬੜਾ ਤਗੜੇ ਰਹੋ ਬਿਲ ਤੇ ਇਹਨਾਂ ਦੀਆਂ ਸਿਕਿਉਰਟੀਆਂ ਖੋ ਕੇ ਇਹਨਾਂ ਨੂੰ ਕਿਉਂ ਬਿਨਾਂ ਗੱਲੋਂ ਸਿਕਿਉਰਟੀਆਂ ਖਰਚੇ ਪਾਣੀ ਸੂਰੀ ਵਰਗਿਆਂ ਨੂੰ ਸਰਕਾਰ ਤੇਲ ਵੀ ਮਹੱਈਆ ਕਰਾਉਂਦੀ ਆ ਉਹ ਕਿਹੜੀ ਗੱਲੋਂ ਕਰਾਉਂਦੀ ਆ ਸਾਨੂੰ ਤਾਂ ਇਹ ਨਹੀਂ ਸਮਝ ਆਉਂਦਾ। ਪੰਜਾਬ ਦੇ ਵਿੱਚ ਸਿਰਫ 5-7 ਬੰਦੇ ਨੇ ਸੂਰੀ ਹੋ ਗਿਆ ਬਸ ਲੋਕ ਬਾਈ ਜੀ ਓਵੇਂ ਤਾਂ ਅਸੀਂ ਪਰਿਵਾਰਕ ਤੌਰ ਤੇ ਮੰਨ ਕੇ ਚਲੋ ਜਦੋਂ ਅਸੀਂ ਚੱਲਦੇ ਆ ਸਾਡੇ ਆੜਤੀਏ ਹਿੰਦੂ ਆ ਸਾਡੇ ਦੁਕਾਨਦਾਰ ਹਿੰਦੂ ਆ ਸਾਡੀ ਕਿਸੇ ਨਾਲ ਨਹੀਂ ਵਿਗੜੀ ਯਾਰ ਸਾਡਾ ਖਾਲਸਤਾਨੀ ਉਹਨਾਂ ਨੂੰ ਕੋਈ ਬਾਣਾ ਪਾ ਕੇ ਨਹੀਂ ਸਾਡਾ ਚਾਹੁੰਦਾ ਜਾਂ ਹੋਰ ਨਹੀਂ ਚਾਹੁੰਦਾ ਤੇ ਫਿਰ ਸਾਡਾ ਰੌਲਾ ਇਹਨਾਂ ਦਾ ਕੀ ਹੈ ਇਹ ਚੰਦ ਲੋਕ ਜਿਹੜੀਆਂ ਦੁਕਾਨਦਾਰੀ ਬੰਦ ਹੋ ਜੂਗੀ ਹੈ ਜੇ ਸਿੱਖਾਂ ਨੂੰ ਕਾਲਾ ਨਾ ਕੱਢਣ 6 ਮਹੀਨੇ ਸਾਲ ਬਾਅਦ ਜਾਂ ਕੋਈ ਨਾ ਕੋਈ ਚੁਰਲੀ ਨਾ ਛੱਡਣ ਵੀ ਇਹਨਾਂ ਦੇ ਗਨਮੈਨ ਵਾਪਸ ਗਨਮੈਨ ਲੈਣ ਦੇ। ਬਿਲਕੁਲ ਹੈ ਇਹਨਾਂ ਦੀਆਂ ਛੁਰਲੀਆਂ ਆ ਜੀ ਬਿਲਕੁਲ ਇਹ ਦੁਕਾਨਦਾਰੀਆਂ ਚਲਾਉਣੀਆਂ ਬਸ ਵੀ ਇਹ ਅਸਲ 'ਚ ਪੰਜਾਬ ਨੂੰ ਅਸਲੀ ਅੱਗੇ ਇਹ ਲਾਉਣਾ ਚਾਹੁੰਦੇ ਆ ਕੋਈ ਹੋਰ ਭੈਣ ਭਰਾ ਨਹੀਂ ਲਾਉਣਾ ਚਾਹੁੰਦਾ ਅਸਲੀ ਅੱਗੇ ਆ ਜਿਹੜੇ ਨੌਜਵਾਨਾਂ ਨੂੰ ਇਹ ਬਰਦਾਸ਼ਤ ਤੋਂ ਬਾਹਰ ਹੁੰਦਾ ਜਦੋਂ ਉਹਨਾਂ ਦੇ ਕੋਈ ਐਸ਼ਟ ਦੇ ਪ੍ਰਤੀ ਗੱਲ ਕਰਦਾ ਉਹਨਾਂ ਦੇ ਸ਼ਹੀਦਾਂ ਦੇ ਪ੍ਰਤੀ ਗੱਲ ਕਰਦਾ ਜਾਂ ਕੋਈ ਖਾਲਸਤਾਨ ਦੇ ਪ੍ਰਤੀ ਕੋਈ ਗੱਲ ਕਰੂਗਾ ਤੇ ਅਸੀਂ ਤਿਆਰ ਬਰ ਤਿਆਰ ਆ ਜਵਾੜੇ ਤੋੜ ਦੇਾਂਗੇ ਜਿਹੜਾ ਮਰਜ਼ੀ ਹੋਵੇ। ਸਾਰੇ ਤਾਂ ਇਹ ਘਾਟ ਘੜੇ ਵੇ ਆ ਇਹਨਾਂ ਦੇ ਹੱਥ ਟੋਕੇ ਆ ਜਿਹੜੇ ਇਹ ਬਿਨਾਂ ਗੱਲੋਂ ਬੁਲਾਇਆ ਬੋਲਦੇ ਆ ਬਿਨਾਂ ਗੱਲੋਂ ਨਹੀਂ ਬੋਲਦੇ ਅਸੀਂ ਵੀ ਆਪਦੇ ਖਾਸੋਂ ਕਰਕੇ ਬੋਲਦੇ ਆ ਬੋਲਿਆ ਸਾਡੇ 'ਚ ਵੀ ਓਨੀ ਪਾਵਰ ਹੈ ਨਹੀਂ ਵੀ ਬਿਨਾਂ ਖਾਸੋਂ ਤੋਂ ਅਸੀਂ ਵੀ ਬੋਲ ਪਈਏ ਇਹਨਾਂ ਦੇ ਵੀ ਦਿੱਲੀ 'ਚ ਕੋਈ ਨਾ ਕੋਈ ਖਾਸਮ ਬੈਠਾ ਗਾ ਇਹ ਸ਼ਿਵ ਸੈਨ ਵਾਲੀ ਉਹੀ ਬਾਲ ਠਾਕਰੇ ਵਾਲੀ ਸ਼ਿਵ ਸੈਨ ਆ ਜਿਹੜੀ ਸੰਤ ਜਰਨੈਲ ਸਿੰਘ ਜੀ ਨੂੰ ਆਉਂਦੀ ਸੀਗੀ ਵੀ ਬੰਬੇ ਆ ਕੇ ਵਿਖਾਵੇ ਅਤੇ ਬਾਅਦ 'ਚੋਂ ਘਰੋਂ ਨਹੀਂ ਨਿਕਲਿਆ ਸੀ ਮਾਤੋ ਸ਼੍ਰੀ 'ਚੋਂ ਅਤੇ ਅਸੀਂ ਉਹੀ ਹੈ ਇਹ ਕੋਈ ਭੁਲੇਖਾ ਨਾ ਰੱਖਣ ਅਸੀਂ ਘਰੋਂ ਵੀ ਕੱਢ ਕੇ ਲਿਆਉਣ ਜਾਣਦੇ ਹਾਂ ਸਾਰਾ ਕੁਝ ਕਰਨ ਜਾਣਦੇ ਹਾਂ ਸਾਨੂੰ ਵੀ ਜਿਉਂ ਲੈਣ ਦਿਓ ਅਤੇ ਤੁਸੀਂ ਵੀ ਜਿਉਂ ਲਓ ਅਸੀਂ ਇਹ ਬੇਨਤੀ ਇਹਨਾਂ ਮੂਹਰੇ ਕਰਦੇ ਹਾਂ। ਪਰਸੋਂ ਵੀ ਇੱਕ ਸ਼ਿਵ ਸੈਨਾ ਵਾਲਾ ਜਿਹੜਾ ਵਾ ਉਹ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਕੁਝ ਭੜਕਾਊ ਬਿਆਨ ਦੇ ਰਹੀ ਮੁੜ ਕੇ ਸ਼ਾਮ ਨੂੰ ਉਹਨੇ ਮਾਫ਼ੀ ਮੰਗ ਲਈ। ਬਾਈ ਉਹੀ ਗੱਲ ਹੈ ਨਾ ਜਦੋਂ ਪ੍ਰੈਸ਼ਰ ਜਦੋਂ ਛਿੱਤਰ ਦਾ ਡਰ ਹੁੰਦਾ ਦਵਾ ਦਾ ਮਾਫ਼ੀਆਂ ਮੰਗ ਲੈਂਦੇ ਆ ਜੇ ਤੁਹਾਡੇ 'ਚ ਇੰਨੀ ਕੁ ਤਾਕਤ ਆ ਫਿਰ ਤੁਸੀਂ ਗਲਤੀ ਜਾਂ ਮਾਫ਼ੀ ਵਾਲਾ ਕੰਮ ਹੀ ਨਾ ਕਰੋ ਸਾਨੂੰ ਮਾਫ਼ੀ ਮੰਗਣੀ ਪਵੇ ਕਿਸੇ ਤੋਂ। ਅੱਜ ਕਿੱਦਾਂ ਦਾ ਮਾਹੌਲ ਹੈ ਜੇ ਉਹ ਸਾਹਮਣੇ ਆ ਜਾਂਦੇ ਆ ਤਾਂ ਕਿੱਦਾਂ ਦਾ ਜਿਹੜਾ ਵਾ ਟਾਕਰਾ ਹੋ ਸੱਚੇ ਪਾਤਸ਼ਾਹ ਮਿਹਰ ਕਰੇ ਅਸੀਂ ਤਾਂ ਆਰ ਪਾਰ ਵੇਖਾਂਗੇ ਬਾਈ ਯਾਰ ਅਸੀਂ ਤਾਂ ਨਾ ਉਰਲੇ ਵਾਲੀ ਵੇਖਾਂ ਨਾ ਪਰਲੇ ਵਾਲੀ ਜਾਂ ਟਾਂਡਿਆਂ ਵਾਲੀ ਰਹੂਗੀ ਜਾਂ ਭਾਂਡਿਆਂ ਵਾਲੀ ਰਹੂਗਾ ਨਿੱਤ ਨਿੱਤ ਦਾ ਕੁੱਤੀ ਚੀਕਾਂ ਨਹੀਂ ਅਸੀਂ ਰੱਖਣਾ ਜੇ ਸਾਹਮਣੇ ਸਾਡੇ ਆ ਗਏ ਅਸੀਂ ਪਿੱਛੇ ਨਹੀਂ ਹਟਣਾ ਬਾਈ ਵਾਹਿਗੁਰੂ ਮਿਹਰ ਕਰੇ ਜੀ। ਇਹ ਤਾਂ ਜਥੇਬੰਦੀਆਂ ਦੇ ਮੁਖੀ ਉਹਨਾਂ ਨੇ ਕਿਹਾ ਵਿਆ ਜਾਂ ਆਰ ਦੀ ਜਾਂ ਪਾਰ ਦੀ ਜਿਹੜੀ ਹੈ ਅੱਜ ਜਿਹੜਾ ਫੈਸਲਾ ਹੋ ਕੇ ਰਹੂਗਾ ਬਾਰ ਬਾਰ ਜਿਹੜਾ ਵਾ ਗਾਲਾਂ ਦੇ ਕੇ ਜਾਂ ਮਾਫ਼ੀਆਂ ਮੰਗਣ ਜਾਂ ਬਾਰ ਬਾਰ ਆ ਕੇ ਜਿਹੜਾ ਵਾ ਮਾਹੌਲ ਖਰਾਬ ਜਿਹੜਾ ਵਾ ਉਹ ਨਹੀਂ ਕਰਨ ਦਿੱਤਾ ਜਾਏਗਾ। ਦੇਖਦੇ ਰਹੋ ਬ੍ਰੇਕਿੰਗ ਨਿਊਜ਼ ਪੰਜਾਬ ਤੋਂ ਸਰਬਜੀਤ ਸਿੰਘ ਕੋਚੜ ਦੀ ਪਵਨ ਸਿੱਧੂ ਦੀ ਰਿਪੋਰਟ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਗੁਰੂ ਕਬੀਰ ਜੀ 9872482499 ਪਤਾ ਲੁਧਿਆਣਾ। ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਮੋਣੀ ਵਸ਼ੀਕਰਨ ਕਰਵਾਓ ਮਨਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ। ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਪਤੀ ਪਤਨੀ 'ਚ ਅਣਬਣ, ਔਲਾਦ ਸੁੱਖ, ਵਿਦੇਸ਼ ਯਾਤਰਾ, ਪੀਆਰ 'ਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਪ੍ਰੇਮ ਵਿਆਹ 'ਚ ਦੇਰੀ, ਤਲਾਕ ਕੇਸ ਜਾਂ ਜ਼ਮੀਨੀ ਝਗੜਾ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਇਟਸ ਮਾਈ ਪ੍ਰੋਮਿਸ।